ਪਾਤਸ਼ਾਹ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਜੋਗਿੰਦਰ ਸਿੰਘ ਮਾਨ ਵੀ ਮੌਜੂਦ ਸਨ। ਕੈਂਪ ਦਾ ਉਦਘਾਟਨ ਸਰਪੰਚ ਸੁਰਿੰਦਰ ਕੌਰ ਨੇ ਕੀਤਾ। ਕੈਂਪ ਦੌਰਾਨ ਜਿੱਥੇ ਲੋੜਵੰਦਾਂ ਦੇ ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨ ਅਤੇ ਆਟਾ ਦਾਲ ਸਕੀਮ ਦੇ ਫਾਰਮ ਭਰੇ ਗਏ, ਉੱਥੇ ਹੀ ਕਿਰਤ ਵਿਭਾਗ ਵੱਲੋਂ ਮਨਰੇਗਾ ਸਕੀਮ ਅਧੀਨ ਜੌਬ ਕਾਰਡ ਵੀ ਬਣਾਏ ਗਏ। ਆਪਣੇ ਸੰਬੋਧਨ ਵਿੱਚ ਸਰਦਾਰ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਹੈ ਕਿ ਜੋ ਜ਼ਰੂਰਤਮੰਦ ਪਰਿਵਾਰ ਹਨ, ਉਹਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਕੀਮਾਂ ਦਾ ਪੂਰਾ ਪੂਰਾ ਲਾਭ ਉਠਾਉਣ। ਇਸ ਮੌਕੇ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਦਲਜੀਤ ਸਿੰਘ ਰਾਜੂ, ਲਖਵੀਰ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ, ਲਖਵੀਰ ਲਾਲ, ਅਜੈਬ ਸਿੰਘ ਆਦਿ ਹਾਜ਼ਰ ਸਨ। ਸਰਕਾਰ ਤੁਹਾਡੇ ਪਿੰਡ ਵਿੱਚ ਤੇ ਬੈਨਰ ਥੱਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਅਗਵਾਈ ਥੱਲੇ ਅੱਜ ਪਾਂਸਟੇ ਵਿਖੇ ਚੌਥਾ ਕੈਂਪ ਜਿਹੜਾ ਭਲਾਈ ਸਕੀਮਾਂ ਜਿਹੜੀਆਂ ਨੇ ਉਹਨਾਂ ਦੇ ਤਹਿਤ ਲਾਇਆ ਜਾ ਰਿਹਾ, ਔਰ ਜਿਸ ਵਿੱਚ ਮੈਨੂੰ ਪਤਾ ਲੱਗ ਕੇ ਬਹੁਤ ਸਾਰੇ ਬੈਨੀਫਿਸ਼ਰੀ ਜਿਹਨਾਂ ਦੇ ਕਾਰਡ ਨੀਲੇ ਕੱਟੇ ਗਏ ਸਨ ਜਾਂ ਜਿਹਨਾਂ ਦੀਆਂ ਪੈਨਸ਼ਨਰਸ ਦਾ ਵੈਰੀਫਿਕੇਸ਼ਨ ਦੁਬਾਰਾ ਕਰਕੇ ਜਿਹੜੀਆਂ ਕੱਟੀਆਂ ਗਈਆਂ ਸੀ ਉਹਨਾਂ ਨੂੰ ਦੁਬਾਰਾ ਲਾਇਆ ਜਾਏਗਾ। ਔਰ ਖੇਤ ਵਿਭਾਗ ਦੀਆਂ 30-31 ਸਕੀਮਸ ਹੈਗੀਆਂ ਜਿਹਦੇ 385 ਰੁਪਏ ਜਮ੍ਹਾਂ ਕਰਾ ਕੇ 3 ਸਾਲ ਲਈ ਉਹਨਾਂ ਨੂੰ ਇੱਕ ਕਾਰਡ ਬਣਦਾ, ਉਹਦੇ ਜਿਹਦੇ ਵਿੱਚ 31 ਸਕੀਮਸ ਨੂੰ ਉਹ ਅਵੇਲ ਕਰ ਸਕਦੇ ਆ। ਔਰ ਨਰੇਗਾ ਦੇ ਵਿੱਚ ਜਿਸ ਨੇ 100 ਦਿਨ ਕੰਮ ਕੀਤਾ ਹੋਵੇ, ਚਾਹੇ ਉਹ ਕਿਸੇ ਵੀ ਕਾਸਟ ਨਾਲ ਸੰਬੰਧ ਰੱਖਦਾ ਹੋਵੇ, 100 ਦਿਨ ਕੰਮ ਕਰਨ ਦੇ ਨਾਲ ਉਹਦਾ ਉਹ ਜਿਹੜਾ ਜਿਹਨੂੰ ਅਸੀਂ ਗੁਲਾਬੀ ਕਾਪੀ ਕਹਿੰਦੇ ਹਾਂ ਉਹ ਬਣ ਜਾਏਗੀ। ਔਰ ਉਹਦੇ ਵਿੱਚ ਤਹਿਤ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਉਹ ਪਿੰਡਾਂ ਨੂੰ ਬਣੀਆਂ, ਈਵਨ ਨਰੇਗਾ ਦੇ ਤਹਿਤ ਸਾਰੀਆਂ ਗਲੀਆਂ ਨਾਲੀਆਂ ਦਾ ਵੀ ਕੰਮ ਹੋਏਗਾ, ਹਰ ਸ਼ਮਸ਼ਾਨ ਘਰ ਨੂੰ ਸੜਕ ਬਣਾਉਣੀ ਹੈ। ਔਰ ਨਰੇਗਾ ਦੇ ਵਰਕਰ ਜਿਹੜੇ ਨਾ ਉਹਨਾਂ ਵਿੱਚ ਕੰਮ ਕਰਕੇ ਕਾਰਡ ਬਣਨ ਤੋਂ ਬਾਅਦ ਉਹ 31 ਸਕੀਮਾਂ ਹੀ ਅਵੇਲ ਕਰ ਸਕਣ, ਜਿਹਦੇ ਵਿੱਚ ਬੱਚਿਆਂ ਦੀ ਪੜ੍ਹਾਈ, ਬੇਟੀ ਦਾ ਬਰਥ, ਬੇਟੀ ਦੀ ਐਜੂਕੇਸ਼ਨ ਥੱਲਿਓਂ ਲੈ ਕੇ ਹਾਇਰ ਐਜੂਕੇਸ਼ਨ ਤੱਕ, ਔਰ ਈਵਨ ਐਕਸੀਡੈਂਟ ਰੇਟ ਦੇ ਵਿੱਚ ਵੀ ਜਿਹੜੇ ਉਸ ਕਾਰਡ ਦੇ ਤਹਿਤ ਜਿਹੜਾ 4 ਲੱਖ ਰੁਪਈਆ ਜਾਂ ਵੈਸੇ ਡੈਥ ਹੋ ਜਾਣੀ ਕਿ ਪਰਿਵਾਰ 'ਤੇ ਕੋਈ ਮੈਂਬਰ ਨਾ ਹੋਵੇ ਮੇਲ ਮੈਂਬਰ, ਅਤੇ ਸਰਕਾਰ ਉਹ ਸਾਰੀਆਂ ਸਕੀਮਾਂ ਦੇ ਤਹਿਤ ਉਹਨਾਂ ਬੈਨੀਫਿਸ਼ੀਅਰ ਨੂੰ ਕੰਪਲੀਟ ਕਰਨ ਲਈ ਤਿਆਰ ਹੈ। ਪਿਛਲੇ ਸਰਵਾ ਸਰਵੇ ਹੋਇਆ ਸੀ, ਉੱਥੇ ਬਹੁਤ ਸਾਰੇ ਕੱਟੇ ਗਏ ਨੇ, ਜਿਸ ਤਰ੍ਹਾਂ ਦੀ ਵੈਰੀਫਿਕੇਸ਼ਨ ਹੋਈ ਆ ਪਤਾ ਲੱਗਾ ਕਿ ਥੋੜ੍ਹੇ ਲੀਗਲਸ ਵੀ ਬਣੇ ਨੇ, ਉਹ ਵੀ ਜਿਹੜੇ ਗਲਤ ਲਾਭਪਾਤਰੀ ਹੋਣ ਉਹਨਾਂ ਦੇ ਬਣੇ, ਲੇਕਿਨ ਅਸੀਂ ਕਾਰਡ ਭਰਾ ਰਹੇ ਹਾਂ ਮੌਕੇ 'ਤੇ, ਉਹਦੀ ਵੈਰੀਫਿਕੇਸ਼ਨ ਕਰਕੇ ਜਿਹੜੇ ਜੈਨੂਅਨ ਉਹ ਸਾਰੇ ਬਣ ਜਾਣਗੇ।